like this video, please subscribe the channel, like and share this video. ਮੈਨੂੰ ਪਤਾ ਹੈ 26 ਨਵੰਬਰ 1948 ਦੀ ਇੱਕ ਖਾਸ ਇੰਪੋਰਟੈਂਟ ਹੈ। 26 ਨਵੰਬਰ 1948 ਨੂੰ ਸੰਵਿਧਾਨ ਸੀ ਉਹ ਅਡਾਪਟ ਤੇ ਨੈਕਟ ਕੀਤਾ ਗਿਆ ਸੀ ਔਰ ਉਹੀ ਜੋ ਸੰਵਿਧਾਨ ਸੀ ਬਾਅਦ ਦੇ ਵਿੱਚ ਲਾਗੂ ਹੋਇਆ 26 ਜਨਵਰੀ 1950 ਨੂੰ। ਜੋ ਸੰਵਿਧਾਨ ਹੈ ਅਸੀਂ ਬਹੁਤ ਭਾਸ਼ਣਾਂ ਦੇ ਵਿੱਚ ਇਹ ਗੱਲ ਸੁਣਦੇ ਹਾਂ, ਬਹੁਤ ਵਾਰ ਵੱਖ ਵੱਖ ਪ੍ਰੋਗਰਾਮਾਂ ਦੇ ਵਿੱਚ ਇਹ ਗੱਲ ਸੁਣਦੇ ਹਾਂ ਕਿ ਸਾਨੂੰ ਸੰਵਿਧਾਨ ਦੇ ਵਿੱਚ ਹੱਕ ਮਿਲਦੇ ਨੇ, ਸੰਵਿਧਾਨ ਦੇ ਵਿੱਚ ਸਾਨੂੰ ਬਰਾਬਰਤਾ ਦਾ ਹੱਕ ਮਿਲਦਾ, ਹੋਰ ਵੱਖ ਵੱਖ ਹੱਕ ਮਿਲਦੇ ਨੇ। ਮੈਂ ਉਹਨਾਂ ਹੱਕਾਂ ਦੀ ਅੱਜ ਤੁਹਾਡੇ ਨਾਲ ਗੱਲ ਕਰਨੀ ਚਾਹਾਂਗਾ ਕਿਉਂਕਿ ਮੈਂ ਇਸ ਫੀਲਡ ਦੇ ਨਾਲ ਸੰਬੰਧ ਰੱਖਦਾ, ਇਸ ਕਰਕੇ ਮੈਂ ਤੁਹਾਡੇ ਨਾਲ ਥੋੜ੍ਹੀ ਡਿਟੇਲ ਦੇ ਵਿੱਚ ਇਸ ਬਾਰੇ ਗੱਲ ਕਰਨੀ ਚਾਹਾਂਗਾ। ਜੋ ਸੰਵਿਧਾਨ ਸੀ, ਜੋ ਮੁੱਢਲੇ ਰੂਪ ਦੇ ਵਿੱਚ ਸੰਵਿਧਾਨ 1950 ਦੇ ਵਿੱਚ ਲਾਗੂ ਕੀਤਾ ਗਿਆ ਸੀ, ਉਸ 'ਤੇ 395 ਧਾਰਾਵਾਂ ਸੀ, ਕੁੱਲ 22 ਭਾਗ ਸੀ, 12 ਸ਼ਡਿਊਲ ਸੀ ਔਰ ਇੱਕ ਪ੍ਰਸਤਾਵਨਾ ਸੀ। ਔਰ ਅੱਜ ਤੱਕ ਇਸ ਵੇਲੇ 101 ਸੰਵਿਧਾਨਕ ਸੋਧਾਂ ਹੋ ਚੁੱਕੀਆਂ ਔਰ 126 ਸੰਵਿਧਾਨਕ ਸੋਧ ਬਿੱਲ ਪੇਸ਼ ਕੀਤੇ ਜਾ ਚੁੱਕੇ ਨੇ। ਸੋ ਅੱਜ ਆਪਾਂ ਸੰਵਿਧਾਨ ਦੀ ਗੱਲ ਕਰ ਰਹੇ ਹਾਂ। ਸਭ ਤੋਂ ਪਹਿਲਾਂ ਜੋ ਸੰਵਿਧਾਨ ਸ਼ੁਰੂ ਹੁੰਦਾ ਹੈ ਪ੍ਰਸਤਾਵਨਾ ਪ੍ਰੈਂਬਲ ਤੋਂ ਸ਼ੁਰੂ ਹੁੰਦਾ ਹੈ ਔਰ ਉਸ ਦੇ ਵਿੱਚ ਕੁਝ ਖਾਸ ਜੋ ਵਿਸ਼ੇ ਨੇ, ਕੁਝ ਖਾਸ ਟੋਪਿਕ ਨੇ, ਕੁਝ ਖਾਸ ਤੁਸੀਂ ਮੰਨ ਸਕਦੇ ਹੋ ਕਿ ਸਿਧਾਂਤ ਨੇ, ਉਹ ਸਿਧਾਂਤਾਂ ਦੇ ਬਾਰੇ ਅਗਰ ਆਪਾਂ ਗੱਲ ਕਰੀਏ। ਸਭ ਤੋਂ ਪਹਿਲਾਂ ਸਿਧਾਂਤ ਆਉਂਦਾ ਹੈ ਸੋਵਰੈਨਿਟੀ ਦਾ, ਜਿਸ ਨੂੰ ਅਸੀਂ ਪ੍ਰਭੂ ਸੱਤਾ ਕਹਿੰਦੇ ਹਾਂ, ਜਿਸ ਦਾ ਭਾਵ ਹੈ ਕਿ ਜੋ ਸਾਡਾ ਦੇਸ਼ ਹੈ, ਸਾਡਾ ਸੰਵਿਧਾਨ ਇੱਕ ਇੱਦਾਂ ਦੀ ਸਾਨੂੰ ਸ਼ਕਤੀ ਦਿੰਦਾ ਹੈ, ਉਹ ਕਿਸੇ ਬਾਹਰਲੀ ਸ਼ਕਤੀ ਦੇ ਅਧੀਨ ਨਹੀਂ ਹੈ। ਦੂਜੀ ਚੀਜ਼ ਆਉਂਦੀ ਹੈ ਸੈਕੂਲਰ, ਜਿਸ ਨੂੰ ਅਸੀਂ ਧਰਮ ਨਿਰਪੱਖ ਕਹਿੰਦੇ ਹਾਂ। ਸਾਡੇ ਦੇਸ਼ ਦੇ ਵਿੱਚ ਹਰ ਇੱਕ ਨਾਗਰਿਕ ਨੂੰ ਆਪਣੀ ਆਜ਼ਾਦੀ ਵਾਲਾ, ਆਪਣੀ ਪਸੰਦ ਦਾ ਧਰਮ ਅਪਣਾਉਣ ਦੀ ਔਰ ਕਨਵਰਟ ਕਰਨ ਦੀ ਆਜ਼ਾਦੀ ਹੈ। ਤੀਜੀ ਆਪਾਂ ਗੱਲ ਕਰੀਏ, ਸੋਸ਼ਲਿਸਟ ਵਰਡ ਸਾਡੀ ਪ੍ਰਸਤਾਵਨਾ ਦੇ ਵਿੱਚ ਯੂਜ਼ ਹੁੰਦਾ ਹੈ, ਜੋ ਕਿ ਆਪਾਂ ਕਹਿੰਦੇ ਹਾਂ ਸਮਾਜਵਾਦੀ, ਜੋ ਅਮੀਰੀ ਅਤੇ ਗਰੀਬੀ ਵਿਚਲਾ ਜੋ ਪਾੜਾ ਹੈ, ਜੋ ਫਾਸਲਾ ਹੈ, ਉਸਨੂੰ ਘਟਾਉਣ ਦੀ ਸੰਵਿਧਾਨ ਦੇ ਵਿੱਚ ਵੱਖ ਵੱਖ ਪ੍ਰੋਵੀਜ਼ਨਾਂ ਨੇ। ਚੌਥੀ ਗੱਲ ਹੈ ਡੈਮੋਕ੍ਰੈਟਿਕ, ਡੈਮੋਕ੍ਰੈਟਿਕ ਤੋਂ ਭਾਵ ਜੋ ਲੋਕਤੰਤਰੀ ਪ੍ਰਣਾਲੀ, ਵੋਟ ਦਾ ਅਧਿਕਾਰ ਸਾਡਾ ਸੰਵਿਧਾਨ ਸਾਨੂੰ ਦਿੰਦਾ ਹੈ। ਔਰ ਰਿਪਬਲਿਕ, ਪੰਜਵੀਂ ਗੱਲ, ਰਿਪਬਲਿਕ ਡੇ ਆਪਾਂ ਅੱਜ ਮਨਾ ਵੀ ਰਹੇ ਹਾਂ। ਰਿਪਬਲਿਕ ਵਰਡ ਦਾ ਐਕਚੁਅਲ ਮਤਲਬ ਕੀ ਹੁੰਦਾ ਹੈ? ਰਿਪਬਲਿਕ ਗਣਤੰਤਰ ਦਾ ਮਤਲਬ ਇਹ ਹੁੰਦਾ ਹੈ ਕਿ ਜੋ ਸਾਡੇ ਦੇਸ਼ ਦਾ ਹੈੱਡ ਹੈ, ਹੈੱਡ ਆਫ ਦਾ ਸਟੇਟ ਭਾਵ ਕਿ ਰਾਸ਼ਟਰਪਤੀ, ਉਹ ਲੋਕਾਂ ਦੁਆਰਾ ਚੁਣਿਆ ਗਿਆ ਹੁੰਦਾ। ਹੁਣ ਇਹ ਗੱਲ ਸਾਡੇ ਕਾਫੀ ਲੋਕਾਂ ਨੂੰ ਨਹੀਂ ਪਤਾ ਕਿਉਂਕਿ ਰਾਸ਼ਟਰਪਤੀ ਦੀਆਂ ਆਪਾਂ ਕੋਈ ਵੋਟ ਪਾਉਣ ਨਹੀਂ ਜਾਂਦੇ। ਰਾਸ਼ਟਰਪਤੀ ਦੀ ਜੋ ਇਲੈਕਸ਼ਨ ਹੁੰਦੀ ਹੈ ਉਹ ਸਿੱਧੇ ਤੌਰ 'ਤੇ ਹੁੰਦੀ ਹੈ, ਭਾਵ ਕਿ ਜੋ ਸਾਡੇ MLA MPs ਨੇ ਉਹ ਰਾਸ਼ਟਰਪਤੀ ਦੀ ਚੋਣ ਕਰਦੇ ਨੇ। ਸੋ ਇਹ ਮੁੱਢਲੀਆਂ ਜੋ ਸਿਧਾਂਤ ਨੇ ਸਾਡੀ ਪ੍ਰਸਤਾਵਨਾ ਦੇ ਵਿੱਚ ਆਉਂਦੇ ਨੇ। ਔਰ ਉਸ ਤੋਂ ਬਾਅਦ ਅੱਗੇ ਜੋ ਸਾਡੀ ਸੰਵਿਧਾਨ ਦੀ ਪ੍ਰਸਤਾਵਨਾ ਹੈ, ਗੱਲ ਕਰਦੀ ਹੈ ਜਸਟਿਸ ਦੀ, ਜਸਟਿਸ ਤੋਂ ਭਾਵ ਨਿਆਂ। ਹੁਣ ਨਿਆਂ ਕਿੱਦਾਂ ਦਾ ਹੋਏਗਾ? ਨਿਆਂ ਹੋਏਗਾ ਸੋਸ਼ਲ, ਪੋਲੀਟੀਕਲ ਅਤੇ ਇਕਨੋਮਿਕ, ਭਾਵ ਸਮਾਜਿਕ, ਆਰਥਿਕ ਅਤੇ ਰਾਜਨੀਤਿਕ। ਉਸ ਤੋਂ ਬਾਅਦ ਸਾਡਾ ਸੰਵਿਧਾਨ ਗੱਲ ਕਰਦਾ ਲਿਬਰਟੀ ਦੀ, ਲਿਬਰਟੀ ਤੋਂ ਭਾਵ ਆਜ਼ਾਦੀ, ਆਜ਼ਾਦੀ ਕਿੱਦਾਂ ਦੀ ਹੋਵੇਗੀ? ਆਫ ਥੋਟ, ਐਕਸਪ੍ਰੈਸ਼ਨ, ਬਿਲੀਫ, ਫੇਥ ਐਂਡ ਵਰਸ਼ਿਪ, ਭਾਵ ਕਿ ਵਿਚਾਰਾਂ ਦੀ ਆਜ਼ਾਦੀ, ਆਪਾਂ ਕਿੱਦਾਂ ਕਿਸੇ ਵੀ ਧਰਮ ਨੂੰ ਮੰਨਣ ਦੀ ਆਜ਼ਾਦੀ, ਵਰਸ਼ਿਪ ਕਰਨ ਦੀ ਆਜ਼ਾਦੀ। ਉਸ ਤੋਂ ਬਾਅਦ ਸਾਡਾ ਸੰਵਿਧਾਨ ਕਰਦਾ ਇਕੁਐਲਿਟੀ ਦੀ, ਇਕੁਐਲਿਟੀ ਕਿੱਦਾਂ ਦੀ ਹੋਏਗੀ, ਬਰਾਬਰਤਾ ਕਿੱਦਾਂ ਦੀ ਹੋਏਗੀ, ਬਰਾਬਰਤਾ ਹੋਏਗੀ ਸਟੇਟਸ ਦੀ, ਓਪਰਚੁਨਿਟੀ ਦੀ, ਮੌਕਿਆਂ ਦੀ। ਹੁਣ ਅੱਜ ਆਪਾਂ ਗੱਲ ਕਰਦੇ ਹਾਂ ਸਾਨੂੰ ਮੌਕੇ ਮਿਲੇ ਨੇ, ਉਹ ਕਿੱਦਾਂ ਮਿਲੇ ਨੇ? ਉਹ ਪ੍ਰਸਤਾਵਨਾ ਜੋ ਸੰਵਿਧਾਨ ਦੀ ਪ੍ਰੈਂਬਲ ਹੈ ਉਹ ਸਾਨੂੰ ਇਹ ਗੱਲ ਪਾਵਰ ਦਿੰਦਾ। ਉਸ ਤੋਂ ਬਾਅਦ ਸਾਡਾ ਸੰਵਿਧਾਨ ਗੱਲ ਕਰਦਾ ਫਰੈਟਰਨਿਟੀ ਦੀ, ਭਾਈਚਾਰੇ ਦੀ, ਅਸੀਂ ਆਪਸ ਦੇ ਵਿੱਚ ਕਲੱਬ ਟੁਗੈਦਰ ਇਕੱਠੇ ਹੋ ਕੇ ਰਹਿਣਾ। ਹੁਣ ਇਹ ਮੁੱਢਲੀਆਂ ਗੱਲਾਂ ਜੋ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਆਉਂਦੀਆਂ ਨੇ, ਜਿਸ ਨੂੰ ਕਿ ਆਪਾਂ ਸੰਵਿਧਾਨ ਦੀ ਤਾਕੀ ਵੀ ਕਹਿੰਦੇ ਹਾਂ। ਜਿਨ੍ਹਾਂ ਲੋਕਾਂ ਨੂੰ ਆਮ ਤੌਰ 'ਤੇ ਸੰਵਿਧਾਨ ਦੀਆਂ 395 ਧਾਰਾਵਾਂ ਦਾ ਨਹੀਂ ਪਤਾ, ਉਹ ਸੰਵਿਧਾਨ ਨੂੰ ਕੰਕਲੂਡ ਕਰ ਦਿੰਦੇ ਨੇ, ਇੱਕ ਸਮਰੀ ਬਣਾ ਦਿੰਦੇ ਨੇ ਕਿ ਅਗਰ ਤੁਸੀਂ ਸੰਵਿਧਾਨ ਸਾਰੇ ਨੂੰ ਨਹੀਂ ਪੜ੍ਹਨਾ, ਤੁਸੀਂ ਇੱਕ ਪ੍ਰਸਤਾਵਨਾ ਨੂੰ ਪੜ੍ਹ ਲਓ, ਉਹ ਤੁਹਾਨੂੰ ਸੰਵਿਧਾਨ ਦਾ ਮੂਲ ਬੇਸ ਸਮਝਾ ਦੇਗਾ। ਜਦੋਂ ਆਪਾਂ ਮੂਲ ਬੇਸ ਸਮਝ ਲੈਂਦੇ ਹਾਂ, ਉਸ ਤੋਂ ਬਾਅਦ ਆਪਾਂ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਾਂਗਾ ਮੌਲਿਕ ਅਧਿਕਾਰਾਂ ਦੀ, ਫੰਡਾਮੈਂਟਲ ਰਾਈਟਸ ਦੀ।
ਫੰਡਾਮੈਂਟਲ ਰਾਈਟ ਸਾਨੂੰ 6 ਪ੍ਰਕਾਰ ਦੇ ਦਿੱਤੇ ਗਏ ਨੇ ਜੋ ਕਿ ਸੰਵਿਧਾਨ ਦੀ ਧਾਰਾ 12-35 ਦੇ ਵਿੱਚ ਸਾਨੂੰ ਮੌਜੂਦ ਨੇ। ਹੁਣ ਆਪਾਂ ਇਹਨਾਂ ਦੀ ਛੋਟਾ ਛੋਟਾ ਟੱਚ ਦੀ ਅਗਰ ਗੱਲ ਕਰੀਏ, ਸਭ ਤੋਂ ਪਹਿਲਾਂ ਜੋ ਸਾਨੂੰ ਮੌਲਿਕ ਅਧਿਕਾਰ ਮਿਲਦਾ ਹੈ ਉਹ ਹੈ ਬਰਾਬਰਤਾ ਦਾ ਅਧਿਕਾਰ, ਜੋ ਕਿ ਸਾਨੂੰ ਸੰਵਿਧਾਨਿਕ ਧਾਰਾ ਜੋ 14 ਹੈ 14-18 ਦੇ ਵਿੱਚ ਮਿਲਦਾ। ਹੁਣ ਇੱਥੇ ਸਾਨੂੰ ਆਜ਼ਾਦੀ ਹੈ, ਸਾਨੂੰ ਬਰਾਬਰਤਾ ਦਾ ਅਧਿਕਾਰ ਮਿਲਦਾ, ਉਸ ਤੋਂ ਬਾਅਦ ਸਾਨੂੰ ਪੂਰਨ ਤੌਰ 'ਤੇ ਆਜ਼ਾਦੀ ਮਿਲਦੀ ਹੈ ਜੋ ਦੂਜਾ ਮੌਲਿਕ ਅਧਿਕਾਰ ਸਾਨੂੰ ਮਿਲਦਾ ਹੈ ਸੰਵਿਧਾਨਿਕ ਧਾਰਾ 19 ਦੇ ਵਿੱਚ। ਉਸ ਤੋਂ ਬਾਅਦ ਰਾਈਟ ਅਗੇਂਸਟ ਐਕਸਪਲੋਇਟੇਸ਼ਨ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਐਕਸਪਲੋਇਟੇਸ਼ਨ ਨਹੀਂ ਹੋਏਗੀ, ਜੋ ਕਿ ਮਿਲਦਾ ਆਰਟੀਕਲ 23-24 ਦੇ ਵਿੱਚ, ਜੋ ਧਾਰਾ 23-24 ਦੇ ਵਿੱਚ। ਉਸ ਤੋਂ ਬਾਅਦ 25-28 ਦੇ ਵਿੱਚ ਸਾਨੂੰ ਕਿਸੇ ਵੀ ਧਰਮ ਨੂੰ ਅਪਣਾਉਣ ਦੀ ਆਜ਼ਾਦੀ ਮਿਲਦੀ ਹੈ। 5ਵਾਂ ਅਧਿਕਾਰ ਸਾਨੂੰ ਕਲਚਰਲ ਅਤੇ ਐਜੂਕੇਸ਼ਨਲ ਰਾਈਟ, ਸਾਨੂੰ ਵੱਖ ਵੱਖ ਜੋ ਲਿੰਗੁਇਸਟਿਕ ਜੋ ਸ਼੍ਰੇਣੀਆਂ ਨੇ ਜੋ ਕਿ ਘੱਟ ਗਿਣਤੀ ਸ਼੍ਰੇਣੀਆਂ ਨੇ ਉਹ ਆਪਣੀ ਐਜੂਕੇਸ਼ਨ ਨੂੰ ਪ੍ਰਮੋਟ ਕਰ ਸਕਦੇ ਨੇ। ਔਰ 6ਵਾਂ ਸਾਨੂੰ ਮੂਲ ਅਧਿਕਾਰ ਮਿਲਦਾ ਰਾਈਟ ਟੂ ਕੋਨਸਟੀਟਿਊਸ਼ਨਲ ਰੈਮਡੀਜ਼, ਭਾਵ ਕਿ ਜੋ ਇਹ 5 ਜੋ ਅਧਿਕਾਰ ਨੇ ਉਹਨਾਂ ਨੂੰ ਆਪਾਂ ਲਾਗੂ ਕਰਵਾਉਣ ਦੇ ਲਈ ਡਾਇਰੈਕਟਲੀ ਸੰਵਿਧਾਨਿਕ ਧਾਰਾ 32 ਦੇ ਅੰਡਰ ਸੁਪਰੀਮ ਕੋਰਟ ਜਾ ਸਕਦੇ ਹਾਂ ਔਰ 226 ਦੇ ਅੰਡਰ ਹਾਈ ਕੋਰਟ ਜਾ ਸਕਦੇ ਹਾਂ। ਔਰ ਬਾਬਾ ਸਾਹਿਬ ਦਾ ਇਹ ਬਿਆਨ ਸੀ, ਤੁਸੀਂ ਰਾਈਟਿੰਗ ਦੇ ਵਿੱਚ ਦੇਖ ਸਕਦੇ ਹੋ, ਬਾਬਾ ਸਾਹਿਬ ਨੇ ਆਰਟੀਕਲ 32 ਧਾਰਾ 32 ਨੂੰ ਸੰਵਿਧਾਨ ਦਾ ਹਾਰਟ ਐਂਡ ਸੋਲ ਕਿਹਾ ਸੀ ਕਿ ਜੋ ਸੰਵਿਧਾਨ ਦੀ ਆਤਮਾ ਹੈ, ਸੰਵਿਧਾਨ ਦੀ ਸੋਲ ਹੈ, ਉਹ ਆਰਟੀਕਲ 32 ਦੇ ਵਿੱਚ ਹੈ, ਧਾਰਾ 32 ਦੇ ਵਿੱਚ ਹੈ, ਕਿਉਂਕਿ ਉਹ ਬਾਕੀ ਸਾਰੀਆਂ ਧਾਰਾਵਾਂ ਨੂੰ ਅਪਲਾਈ ਕਰਨ ਦੀ ਇੱਕ ਪਾਵਰ ਦਿੰਦੀ ਹੈ। ਹੁਣ ਆਪਾਂ ਮੌਲਿਕ ਸਿਧਾਂਤਾਂ ਦੀ ਗੱਲ ਕੀਤੀ ਹੈ, ਨਾਲ ਹੀ ਸਾਡੀਆਂ ਕੁਝ ਮੌਲਿਕ ਡਿਊਟੀਜ਼ ਵੀ ਨੇ ਜੋ ਪਾਰਟ 4A ਦੇ ਵਿੱਚ ਆਉਂਦੀਆਂ ਨੇ, ਜੋ ਕਿ ਧਾਰਾ 51A ਦੇ ਵਿੱਚ ਆਉਂਦੀਆਂ ਨੇ, ਉਹ ਡਿਟੇਲ ਦੇ ਵਿੱਚ ਮੈਂ ਉਹਦੀ ਗੱਲ ਨਹੀਂ ਕਰਾਂਗਾ। ਇਸ ਤੋਂ ਬਾਅਦ ਇਸ ਤੋਂ ਨਾਲ ਹੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹਾਂਗਾ, ਮੇਰੇ ਤੋਂ ਪਹਿਲਾਂ ਇਸ ਡਾਇਸ ਤੋਂ ਗੱਲ ਕੀਤੀ ਗਈ ਸੀ ਕਿ ਸਾਨੂੰ ਨਿਆਂ ਨਹੀਂ ਮਿਲਦਾ, ਸਾਨੂੰ ਇਨਸਾਫ ਨਹੀਂ ਮਿਲਦਾ, ਸਾਡੀ ਜੁਡੀਸ਼ਰੀ 'ਤੇ ਜੋ ਹੈ ਕੋਈ ਸਾਨੂੰ ਫੇਥ ਰੱਖਣ ਦੀ ਲੋੜ ਨਹੀਂ ਹੈ। ਔਰ ਮੈਂ ਇਸ ਗੱਲ ਦਾ ਬਹੁਤ ਸਖਤੀ ਦੇ ਨਾਲ ਮੈਂ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਨਹੀਂ ਹਾਂ, ਕਿਉਂਕਿ ਅਗਰ ਸਾਡੇ ਦੇਸ਼ ਦੇ ਵਿੱਚ ਜੁਡੀਸ਼ਰੀ ਨਾ ਹੁੰਦੀ ਤਾਂ ਸ਼ਾਇਦ ਜੋ ਅੱਜ ਆਪਾਂ ਸੰਵਿਧਾਨ ਦੇਖ ਰਹੇ ਹਾਂ ਉਹ ਸਾਡਾ ਸੰਵਿਧਾਨ ਅੱਜ ਮੌਜੂਦ ਨਹੀਂ ਹੁੰਦਾ। ਮੈਂ ਤੁਹਾਨੂੰ 50-100 ਜਜਮੈਂਟਾਂ ਇੱਦਾਂ ਦੀਆਂ ਦੇ ਸਕਦਾ ਜਿੱਥੇ ਸੰਵਿਧਾਨ ਦਾ ਜੋ ਮੂਲ ਬੇਸ ਹੈ ਉਸ ਨੂੰ ਬਚਾਇਆ ਗਿਆ। ਔਰ ਇੱਕ ਜੋ ਸਭ ਤੋਂ ਵੱਡੀ ਗੱਲ ਜੋ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਜਾਣਨੀ ਚਾਹੀਦੀ ਹੈ, ਉਹ ਸੀ ਜੋ ਅੱਜ ਤੱਕ ਦੀ ਸਭ ਤੋਂ ਵੱਡੀ ਸਾਡੇ ਦੇਸ਼ ਦੀ ਜਜਮੈਂਟ ਆਈ ਹੈ, ਕੇਸ਼ਨੰਦ ਭਾਰਤੀ ਨਾਂ ਦਾ ਕੇਸ ਸੀ, ਉਹ 1973 ਦੇ ਵਿੱਚ ਹੋਇਆ ਸੀ ਔਰ ਉਸ ਨੂੰ ਸੁਪਰੀਮ ਕੋਰਟ ਦੇ 13 ਜੱਜਾਂ ਨੇ ਸੁਣਿਆ। ਉਸ ਤੋਂ ਪਹਿਲਾਂ ਦਾ ਹਾਲਾਤ ਤੁਹਾਨੂੰ ਮੈਂ ਥੋੜ੍ਹੇ ਜਿਹੇ ਸਮਝਾਵਾਂ। ਜਦੋਂ ਐਮਰਜੈਂਸੀ ਲੱਗੀ ਸੀ ਸਾਡੇ ਦੇਸ਼ ਦੇ ਵਿੱਚ, 42ਵੀਂ ਸੰਵਿਧਾਨਿਕ ਸੋਧ ਹੋਈ ਸੀ 1976 ਦੇ ਵਿੱਚ, ਉਸ ਨੂੰ ਮਿੰਨੀ ਕੋਨਸਟੀਟਿਊਸ਼ਨ ਵੀ ਆਪਾਂ ਕਹਿੰਦੇ ਹਾਂ। ਉਹਦੇ ਵਿੱਚ ਕੀ ਹੋਇਆ, ਕਿਉਂਕਿ ਉਦੋਂ ਐਮਰਜੈਂਸੀ ਲੱਗੀ ਸੀ, ਕਾਂਗਰਸ ਦੀ ਸਰਕਾਰ ਨੇ ਉਸ ਸਮੇਂ ਦੇ ਵਿੱਚ ਕੁਝ ਅਜਿਹੀਆਂ ਸੋਧਾਂ ਕੀਤੀਆਂ ਜਿਹਦੇ ਅਨੁਸਾਰ ਸੁਪਰੀਮ ਕੋਰਟ ਤੋਂ ਹਾਈ ਕੋਰਟ ਤੋਂ ਕੋਈ ਵੀ ਚੀਜ਼ ਨੂੰ ਰਿਵਿਊ ਕਰਨ ਦੀ ਪਾਵਰ ਵਾਪਸ ਲੈ ਲਈ ਗਈ, ਭਾਵ ਕਿ ਅਗਰ ਸਰਕਾਰ ਕੋਈ ਨਵੀਆਂ ਸੋਧਾਂ ਕਰੇਗੀ ਸੰਵਿਧਾਨ ਦੇ ਵਿੱਚ ਉਸ ਚੀਜ਼ ਨੂੰ ਆਪਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਾ ਕੇ ਚੈਲੇਂਜ ਨਹੀਂ ਕਰ ਸਕਦੇ, ਅਜਿਹੀ ਸੋਧ ਜੋ ਸਰਕਾਰ ਨੇ ਉਸ ਵੇਲੇ ਲਿਆਂਦੀ ਸੀ। ਹੁਣ ਉਸ ਚੀਜ਼ ਨੂੰ ਖਾਰਜ ਕਿਹਨੇ ਕੀਤਾ, ਉੱਥੇ ਰੋਲ ਆਇਆ ਜੁਡੀਸ਼ਰੀ ਦਾ। ਜੁਡੀਸ਼ਰੀ ਨੇ 1973 ਦੇ ਵਿੱਚ ਕੇਸ਼ਨੰਦ ਭਾਰਤੀ ਵਰਸਿਸ ਸਟੇਟ ਆਫ ਕੇਰਲਾ ਅਤੇ 1980 ਦੇ ਵਿੱਚ ਕੇਸ ਹੋਇਆ ਸੀ ਸੰਜੀਵ ਕੋਕ ਵਰਸਿਸ ਯੂਨੀਅਨ ਆਫ ਇੰਡੀਆ। ਇਹਨਾਂ ਦੋਹਾਂ ਕੇਸਾਂ ਦੇ ਅੰਤਰਗਤ ਆ ਕੇ ਜੁਡੀਸ਼ਰੀ ਨੇ 42ਵੀਂ ਸੰਵਿਧਾਨਿਕ ਸੋਧ ਨੂੰ ਗੈਰ ਸੰਵਿਧਾਨਿਕ ਕਰਾਰ ਦਿੱਤਾ, ਉਸ ਨੂੰ 44ਵੀਂ ਅਮੈਂਡਮੈਂਟ ਦੇ ਵਿੱਚ ਬਦਲਿਆ ਵੀ ਗਿਆ। ਔਰ ਇਹ ਗੱਲ ਇੱਕ ਨਵੀਂ ਜੋ ਨਿਕਲ ਕੇ ਆਈ ਹੋਇਆ ਬੇਸਿਕ ਸਟਰਕਚਰ ਡਾਕਟਰੀਨ, ਕਿ ਜੋ ਸੰਵਿਧਾਨ ਦੇ ਮੁੱਢਲੇ ਸਿਧਾਂਤ ਨੇ, ਮੁੱਢਲੇ ਸਿਧਾਂਤਾਂ ਤੋਂ ਭਾਵ ਸੈਕੂਲਰਿਜ਼ਮ, ਧਰਮ ਨਿਰਪੱਖਤਾ, ਪ੍ਰਭੂ ਸੱਤਾ, ਆਜ਼ਾਦੀ, ਬਰਾਬਰਤਾ, ਇਹ ਜੋ ਮੇਨ ਸਿਧਾਂਤ ਨੇ ਇਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ। ਸੋ ਅਗਰ ਆਪਾਂ ਜਿੱਦਾਂ ਮੇਰੇ ਤੋਂ ਪਹਿਲਾਂ ਗੱਲ ਕੀਤੀ ਗਈ ਸੀ, ਇਹ ਗੱਲ ਬਿਲਕੁਲ ਗਲਤ ਹੈ ਕਿ ਅਗਰ ਸਾਡੀ ਦੇਸ਼ ਦੀ ਜੁਡੀਸ਼ਰੀ ਨਾ ਹੋਏ, ਅੱਜ ਦੇ ਟਾਈਮ ਦੇ ਵਿੱਚ ਵੀ ਸਾਡੇ ਦੇਸ਼ ਦੀ ਜੁਡੀਸ਼ਰੀ ਨਾ ਹੋਏ
ਤਾਂ ਸਾਨੂੰ ਸੰਵਿਧਾਨ ਨੂੰ ਜਿਸ ਤਰ੍ਹਾਂ ਪ੍ਰੋਟੈਕਟ ਕੀਤਾ ਜਾ ਰਿਹਾ ਉਹ ਅੱਜ ਤੱਕ ਨਹੀਂ ਹੁੰਦਾ, ਔਰ ਸੰਵਿਧਾਨ ਨੂੰ ਅੱਜ ਤੱਕ ਬਦਲਿਆ ਗਿਆ ਹੁੰਦਾ, ਬਦਲ ਜਾ ਚੁੱਕਾ ਹੁੰਦਾ ਜਿੱਦਾਂ ਦਾ ਸੰਵਿਧਾਨ ਸਾਡੇ ਸਾਰੇ ਦੇਸ਼ ਦੇ ਅਲੱਗ ਅਲੱਗ ਸਮਾਜ ਦੇ ਲੋਕਾਂ ਦੀ ਬਰਾਬਰਤਾ ਦੀ ਗੱਲ ਕਰਦਾ ਹੁੰਦਾ। ਹੁਣ ਜਿਸ ਤਰ੍ਹਾਂ ਦਾ ਸੰਵਿਧਾਨ ਸਾਨੂੰ ਬਾਬਾ ਸਾਹਿਬ ਨੇ 1950 ਦੇ ਵਿੱਚ ਲਿਖ ਕੇ ਦਿੱਤਾ ਔਰ ਜੋ ਅੱਜ ਦੇ ਦਿਨ ਲਾਗੂ ਹੋਇਆ ਸੀ, ਉਸ ਸੰਵਿਧਾਨ ਦਾ ਤੁਸੀਂ ਕੰਪੈਰੀਜ਼ਨ ਕਰ ਲਓ ਪਾਕਿਸਤਾਨ ਦੇ ਸੰਵਿਧਾਨ ਦੇ ਨਾਲ, ਕਿਉਂਕਿ ਪਾਕਿਸਤਾਨ ਮੁਲਕ ਔਰ ਇੰਡੀਆ ਜੋ ਭਾਰਤ ਮੁਲਕ ਹੈ ਇਹ ਦੋਨੋਂ ਇਕੱਠੇ ਆਜ਼ਾਦ ਹੋਏ ਸੀ। ਪਾਕਿਸਤਾਨ ਦਾ ਸੰਵਿਧਾਨ 1956 ਦੇ ਵਿੱਚ ਬਣਿਆ ਸੀ ਔਰ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਪਾਕਿਸਤਾਨ ਦੇ ਵਿੱਚ ਅੱਜ ਤੱਕ 3 ਸੰਵਿਧਾਨ ਆ ਚੁੱਕੇ ਨੇ। 1956 ਦੇ ਵਿੱਚ ਪਹਿਲਾ ਸੰਵਿਧਾਨ ਬਣਿਆ ਸੀ ਜੋ ਕਿ 1958 ਦੇ ਵਿੱਚ ਕਈ ਕਾਰਨਾਂ ਕਰਕੇ ਖਾਰਜ ਹੋ ਗਿਆ। ਉਸ ਤੋਂ ਬਾਅਦ ਦੂਜਾ ਸੰਵਿਧਾਨ 1962 ਵਿੱਚ ਬਣਿਆ ਜੋ ਕਿ 1969 ਦੇ ਵਿੱਚ ਉਹ ਵੀ ਖਾਰਜ ਹੋ ਗਿਆ ਔਰ ਇਸ ਵੇਲੇ ਜੋ ਮੌਜੂਦਾ ਪਾਕਿਸਤਾਨ ਦੇ ਵਿੱਚ ਸੰਵਿਧਾਨ ਚੱਲ ਰਿਹਾ 1973 ਦਾ ਬਣਿਆ ਹੋਇਆ। ਸੋ ਸਾਡਾ ਦੇਸ਼ ਦੇ ਵਿੱਚ ਬਾਬਾ ਸਾਹਿਬ ਨੇ ਆਪਣੀ ਅਜਿਹੀ ਦੂਰਦ੍ਰਿਸ਼ਟੀ ਨਾਲ ਇੱਕ ਸਾਨੂੰ ਅਜਿਹਾ ਸੰਵਿਧਾਨ, ਇੱਕ ਅਜਿਹਾ ਮਜ਼ਬੂਤ ਅਤੇ ਇੱਕ ਅਜਿਹਾ ਠੋਸ ਸੰਵਿਧਾਨ ਬਣਾ ਕੇ ਦਿੱਤਾ ਜੋ ਕਿ ਅੱਜ ਤੱਕ ਵੀ ਜਿੰਦਾ ਹੈ ਔਰ ਆਉਣ ਵਾਲੇ ਸਾਲਾਂ ਦੇ ਵਿੱਚ ਕਾਇਮ ਰਹੇਗਾ। ਔਰ ਉਸ ਦੇ ਕੰਪੈਰੀਜ਼ਨ ਤੁਸੀਂ ਪਾਕਿਸਤਾਨ ਦੀ ਗੱਲ ਕਰ ਲਓ, ਉਹ ਹੁਣ ਤੱਕ 3 ਸੰਵਿਧਾਨ 'ਤੇ ਕੰਮ ਕਰ ਰਹੇ ਨੇ। ਔਰ ਹੁਣ ਜੋ ਮੈਂ ਆਪਣੀ ਗੱਲ ਦਾ ਜੋ ਲਾਸਟ ਗੱਲ ਤੁਹਾਡੇ ਨਾਲ ਕਰਨੀ ਚਾਹਾਂਗਾ, ਜੋ ਸਾਡਾ ਸੰਵਿਧਾਨ ਹੈ, ਸੰਵਿਧਾਨ ਇੱਕ ਸੂਤਰਧਾਰ ਹੈ। ਸੰਵਿਧਾਨ ਵੱਖ ਵੱਖ ਸ਼੍ਰੇਣੀਆਂ, ਵੱਖ ਵੱਖ ਜਾਤਾਂ ਦੇ ਲੋਕਾਂ ਨੂੰ ਸੂਤਰਧਾਰ ਕਰਦਾ ਹੈ। ਤੁਸੀਂ ਦੇਖੋ ਸਾਡੇ ਦੇਸ਼ ਦੇ ਵਿੱਚ ਕੋਈ 8 ਜੋ ਮੇਨ ਇੰਟਰਨੈਸ਼ਨਲ ਧਰਮ ਨੇ, ਤੁਸੀਂ ਦੇਖੋ ਹਿੰਦੂ, ਮੁਸਲਿਮ, ਸਿੱਖ, ਈਸਾਈ, ਬੋਧੀ, ਜੈਨੀ, ਜ਼ੋਰਾਸਟਰੀਅਨ ਅਤੇ ਯਹੂਦੀ ਔਰ ਉਸ ਦੇ ਨਾਲ ਹੀ ਜੋ ਨਾਸਤਿਕ ਲੋਕ, ਇਹਨਾਂ ਸਾਰੀਆਂ ਸ਼੍ਰੇਣੀਆਂ ਦੇ ਨਾਲ ਸੰਬੰਧ ਰੱਖਦੇ, ਇਹਨਾਂ ਸਾਰੇ ਧਰਮਾਂ ਦੇ ਨਾਲ ਸੰਬੰਧ ਰੱਖਦੇ ਲੋਕ ਰਹਿੰਦੇ ਨੇ। ਤੁਸੀਂ ਗੱਲ ਕਰੋ ਸਾਡੇ ਦੇਸ਼ ਦੇ ਵਿੱਚ ਜੋ 23 ਰਾਸ਼ਟਰੀ ਭਾਸ਼ਾਵਾਂ ਨੇ ਪ੍ਰਮਾਣਿਤ, ਜੋ ਉਹਨਾਂ ਨੂੰ ਸੰਬੰਧ ਰੱਖਣ ਵਾਲੇ ਲੋਕ ਰਹਿੰਦੇ ਨੇ। ਤੁਸੀਂ ਗੱਲ ਕਰੋ ਸਾਡੇ ਦੇਸ਼ ਦੇ ਵਿੱਚ ਕੁੱਲ 1108 ਜੋ ਸ਼ਡਿਊਲ ਕਾਸਟ ਨੇ ਟੋਟਲ, ਜੋ ਕਿ ਕੌਨਸਟੀਟਿਊਸ਼ਨਲ ਆਰਡਰ ਆਫ 1950 ਉਹਦੇ ਅਨੁਸਾਰ ਕੁੱਲ 1108 ਸ਼ਡਿਊਲ ਕਾਸਟਾਂ ਨੇ ਔਰ ਕੋਈ 778 ਸ਼ਡਿਊਲ ਟ੍ਰਾਈਬ ਨੇ 21 ਸਟੇਟਾਂ ਦੇ ਵਿੱਚ। ਇਹ ਸਾਰੇ ਅਲੱਗ ਅਲੱਗ ਸ਼੍ਰੇਣੀਆਂ ਹੋਣ ਤੋਂ ਬਾਅਦ ਅਗਰ ਕੋਈ ਚੀਜ਼ ਉਸਨੂੰ ਸੂਤਰਧਾਰ ਕਰਦੀ ਹੈ, ਉਹ ਹੈ ਦੇਸ਼ ਦਾ ਸੰਵਿਧਾਨ, ਕਿਉਂਕਿ ਸੰਵਿਧਾਨ ਸਾਰਿਆਂ ਦੇ ਲਈ ਇੱਕ ਹੀ ਹੈ ਔਰ ਸੰਵਿਧਾਨ ਸਾਰਿਆਂ ਨੂੰ ਬਰਾਬਰਤਾ ਦੀ, ਨਿਆਂ ਦੀ, ਸਾਰੀਆਂ ਅਜਿਹੀਆਂ ਚੀਜ਼ਾਂ ਦੀ ਗੱਲ ਕਰਦਾ। ਔਰ ਹੁਣ ਅੱਜ ਦੇ ਟਾਈਮ ਦੇ ਵਿੱਚ ਅਗਰ ਇੱਕ ਅੰਗਰੇਜ਼ੀ ਫਿਲੋਸਫਰ ਹੋਇਆ ਜੇਕਬ ਰੈਕਰ, ਉਸਨੇ ਕਿਹਾ ਕਿ ਜੋ ਸੰਵਿਧਾਨ ਹੁੰਦਾ ਉਸਨੂੰ ਸਭ ਤੋਂ ਵੱਡਾ ਚੈਲੇਂਜ ਇਹੀ ਹੁੰਦਾ, ਇਹ ਨਹੀਂ ਕਿ ਇਹ ਕੋਈ ਚੈਲੇਂਜ ਨਹੀਂ ਹੈ ਕਿ ਸਰਕਾਰਾਂ ਨੂੰ ਲਾਗੂ ਨਹੀਂ ਕਰਵਾ ਰਹੀਆਂ, ਸਭ ਤੋਂ ਵੱਡਾ ਚੈਲੇਂਜ ਕੌਨਸਟੀਟਿਊਸ਼ਨ ਇਹੀ ਹੁੰਦਾ ਸਾਡੀ ਓਨ ਇਗਨੋਰੈਂਸ। ਆਪਾਂ ਖੁਦ ਉਸਦੇ ਬਾਰੇ ਕਿੰਨੇ ਜਾਣੂ ਹਾਂ, ਮੈਨੂੰ ਲੱਗਦਾ ਬਹੁਤ ਥੋੜ੍ਹੇ ਜਾਣੇ ਹੋਣਗੇ ਜਿਨ੍ਹਾਂ ਨੂੰ ਮੇਰੇ ਤੋਂ ਪਹਿਲਾਂ ਗੱਲ ਕਰਨ ਤੋਂ ਪਹਿਲਾਂ ਇਹ ਪਤਾ ਹੋਏਗਾ ਕਿ ਦੇਸ਼ ਦੇ ਵਿੱਚ ਕੌਨਸਟੀਟਿਊਸ਼ਨ ਦੇ ਵਿੱਚ 395 ਧਾਰਾਵਾਂ ਨੇ ਔਰ ਕਈ ਆਪਾਂ ਤਾਂ ਕਨਫਿਊਜ਼ ਕਰ ਦਿੰਦੇ ਹਾਂ ਕਿ ਸੰਵਿਧਾਨ ਦੇਸ਼ ਦੇ ਵਿੱਚ ਐਕਟ ਨੇ, ਕਾਨੂੰਨ ਨੇ, ਪਰ ਜੋ ਕਾਨੂੰਨ ਐਕਟ ਬਣਦੇ ਨੇ ਉਹ ਸੰਵਿਧਾਨ ਦੇ ਅੰਤਰਗਤ ਬਣਦੇ ਨੇ, ਸੰਵਿਧਾਨ ਤੋਂ ਬਾਹਰੇ ਹੋ ਕੇ ਨਹੀਂ ਬਣ ਸਕਦੇ। ਸੋ ਆਪਾਂ ਨਾ ਸਿਰਫ ਇਸ ਗੱਲ ਤੱਕ ਇਸ ਚੀਜ਼ ਨੂੰ ਸੀਮਿਤ ਰੱਖੀਏ ਕਿ ਸਾਨੂੰ ਸੰਵਿਧਾਨ ਦੇ ਵਿੱਚ ਹੱਕ ਦਿੱਤੇ ਗਏ ਨੇ, ਆਪਾਂ ਉਹਨਾਂ ਹੱਕਾਂ ਨੂੰ ਜਾਣੀਏ, ਪਛਾਣੀਏ, ਅਗਰ ਉਹਨਾਂ ਦੀ ਵਾਇਓਲੇਸ਼ਨ ਹੁੰਦੀ ਹੈ ਆਪਾਂ ਹਾਈਕੋਰਟ ਜਾਈਏ, ਧਾਰਾ 226 ਦੇ ਅੰਡਰ ਸੁਪਰੀਮ ਕੋਰਟ ਜਾਈਏ, ਧਾਰਾ 32 ਦੇ ਅੰਡਰ, ਕਿਉਂਕਿ ਅਗਰ ਆਪਾਂ ਨਹੀਂ ਜਾ ਰਹੇ ਇਹਦਾ ਮਤਲਬ ਇਹ ਨਹੀਂ ਵੀ ਕੋਈ ਨਹੀਂ ਜਾ ਰਿਹਾ। ਤੁਸੀਂ ਹੋਰ ਸਟੇਟਾਂ ਦੇ ਵਿੱਚ ਜਾ ਕੇ ਦੇਖੋ, ਹੁਣ ਤਾਂ ਸੁਪਰੀਮ ਕੋਰਟ, ਹਾਈਕੋਰਟ ਨੇ ਆਪਣੀ MBT ਆਪਣੀ ਇੱਕ ਕਹਿ ਲਓ ਕਿ ਆਪਣਾ ਏਰੀਆ ਹੀ ਇੱਕ ਇੰਨਾ ਵਾਸਟ ਕਰ ਲਿਆ ਕਿ ਪਬਲਿਕ ਇੰਟਰਸਟ ਲਿਟੀਗੇਸ਼ਨਾਂ ਫਾਈਲ ਹੁੰਦੀਆਂ ਨੇ। ਆਪਾਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਅਣਜਾਣ ਆ ਔਰ ਇਸ ਚੀਜ਼ ਨੂੰ ਕੰਕਲੂਡ ਅਪ ਕਰ ਦਿੰਦੇ ਹਾਂ ਕਿ ਦੇਖੋ ਜੀ ਸਾਡੇ ਦੇਸ਼ ਦੀ ਜੁਡੀਸ਼ੀਅਰੀ ਕੀ ਕਰ ਰਹੀ ਹੈ, ਸਾਡੇ ਦੇਸ਼ ਦੀ ਜੁਡੀਸ਼ੀਅਰੀ ਬੜੀ ਐਕਟਿਵ ਰੋਲ ਪਲੇ ਕਰ ਰਹੀ ਹੈ ਸੰਵਿਧਾਨ ਨੂੰ ਪ੍ਰੋਪਰਲੀ ਲਾਗੂ ਕਰਵਾਉਣ ਦੇ ਲਈ ਔਰ ਇਹ ਹੁਣ ਅੱਜ ਸਾਡਾ ਫਰਜ਼ ਬਣਦਾ ਅਸੀਂ ਆਪਣੇ ਕਾਨੂੰਨਾਂ ਨੂੰ, ਆਪਣੇ ਲਾਅ ਨੂੰ ਜਾਣੀਏ, ਆਪਣੀ ਬਰਾਬਰਤਾ ਨੂੰ ਪਛਾਣੀਏ, ਆਪਣੇ ਹੱਕਾਂ ਨੂੰ ਪਛਾਣੀਏ, ਤਾਂ ਹੀ ਆਪਾਂ ਸਹੀ ਮਾਇਨੇ ਦੇ ਵਿੱਚ ਗਣਤੰਤਰ ਹਾਂ, ਤਾਂ ਹੀ ਆਪਾਂ ਸਹੀ ਮਾਇਨੇ ਦੇ ਵਿੱਚ ਗਣਤੰਤਰ ਦਿਵਸ ਮਨਾ ਸਕਦੇ ਹਾਂ। ਸੋ ਇੰਨੀਆਂ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੈ ਭੀਮ, ਜੈ ਭਾਰਤ।